ਕਹਿੰਦੇ ਨੇ ਕੁਛ ਮਨ ਚ ਕੁਛ ਕਰ ਗੁਜ਼ਰਨ ਦੀ ਤਮੰਨਾ ਹੋਵੇ ਤਾਂ ਬੰਦਾ ਕੁਛ ਵੀ ਕਰ ਸਕਦਾ ਹੈ। ਇਹਦਾ ਹੀ ਕੁਛ ਕਰ ਦਿਖਾਇਆ ਹੈ ਲਹਿਰੀਆ ਪਿੰਡ ਦੇ ਗਿੱਲੀ ਮੁੰਡੀ ਪਰਿਵਾਰ ਨੇ, ਜਿਹੜਾ ਇੱਥੇ ਲਹਿਰੀਆ ਪਿੰਡ ਦੇ ਵਿੱਚ ਇੱਕ ਸਕੂਲ ਖੋਲਿਆ। ਪੂਰਾ ਪਰਿਵਾਰ ਇਹਨਾਂ ਦਾ ਜਿਹੜਾ ਹੈ ਉਹ ਇੰਗਲੈਂਡ ਚ ਰਹਿੰਦਾ ਹੈ, ਤੇ ਇੱਥੇ ਆ ਕੇ ਉਹਨਾਂ ਨੇ ਇੰਗਲੈਂਡ ਚ ਰਹਿ ਕੇ ਤੇ ਲਹਿਰੀਆ ਪਿੰਡ ਚ ਆ ਕੇ ਇੱਕ ਸਕੂਲ ਇਹਨਾਂ ਨੇ ਖੋਲਿਆ, ਕਮਿਊਨਿਟੀ ਸਕੂਲ ਜਿਹੜਾ ਹੈ, ਮੈਮੋਰੀਅਲ ਸਕੂਲ ਜਿਹੜਾ ਹੈ ਉਹ ਖੋਲਿਆ ਇੱਥੇ, ਤੇ ਲੋਕਾਂ ਦੀ ਸੇਵਾ ਕਰਨ ਵਾਸਤੇ ਇੱਥੇ ਇਹਨਾਂ ਨੇ ਸਕੂਲ ਖੋਲ ਕੇ ਜਿਹੜੇ ਗਰੀਬ ਬੱਚੇ ਨੇ, ਗਰੀਬ ਬੱਚੇ ਉਹ ਨਹੀਂ ਜਿਹੜੇ BPL ਹੁੰਦੇ ਨੇ, ਗਰੀਬ ਬੱਚੇ ਉਹ ਜਿਹੜੇ ਆਰਥਿਕ ਰੂਪ ਨਾਲ ਕਮਜ਼ੋਰ ਹੈਗੇ ਨੇ, ਉਹ ਬੱਚੇ ਇੱਥੇ ਫ੍ਰੀ ਸਿੱਖਿਆ ਲੈ ਰਹੇ ਨੇ। ਸਾਡੇ ਨਾਲ ਜਗਜੀਤ ਸਿੰਘ ਨੇ NRI ਜਿਨ੍ਹਾਂ ਨੇ ਇੱਥੇ ਸਕੂਲ ਬਣਾ ਰੱਖਿਆ ਹੈ, ਉਹਨਾਂ ਦੇ ਇਹਨਾਂ ਦੇ ਪਿਓ ਸੀਗੇ ਜਿਹੜੇ ਗੁਜ਼ਰ ਗਏ ਨੇ, ਉਹਨਾਂ ਨੇ ਵੀ ਇੱਥੇ ਪੂਰੀ ਸੇਵਾ ਕੀਤੀ ਹੈ, ਤੇ ਹੁਣ ਉਹਨਾਂ ਦੇ ਜਿਹੜੇ ਬੇਟੇ ਹੈ ਜਗਜੀਤ ਸਿੰਘ ਉਹ ਸਾਡੇ ਨਾਲ ਨੇ। ਅਸੀਂ ਪੁੱਛਾਂਗੇ ਕਿ ਕੀ ਇਹਨਾਂ ਦੇ ਮਨ 'ਚ ਸੀਗਾ ਕਿ ਇੱਥੇ ਗਰੀਬ ਬੱਚਿਆਂ ਵਾਸਤੇ ਇਹ ਜਿਹਾ ਸਕੂਲ ਜਿਹੜਾ ਵਿਦੇਸ਼ੀ ਸਤਰ ਤੇ ਜਿਹੜਾ ਸਕੂਲ ਹੈਗਾ ਉਹ ਇਹਨਾਂ ਨੇ ਬਣਾਇਆ, ਕੀ ਵਿਸ਼ੇਸ਼ਤਾ ਹੈਗੀ ਹੈ ਜੀ ਇਸ ਸਕੂਲ ਦੀ, ਤੇ ਕਿਵੇਂ ਇਹ ਸਕੂਲ ਖੋਲਣ ਦੀ ਤੁਹਾਡੇ ਮਨ 'ਚ ਆਈ ਸੀ? ਇਹ ਹੈਗੀ ਸੀ ਜਦੋਂ ਮੇਰਾ ਭਰਾ ਕੁਝ ਗਿਆ ਸੀ ਉਹ 2007 ਦੇ ਵਿੱਚ, ਉਹ ਜਦੋਂ ਪੂਰਾ ਹੋਇਆ ਤੇ ਫਿਰ ਮੇਰੇ ਡੈਡ ਨੇ ਦੇਖਿਆ ਅਸੀਂ ਇੱਥੇ ਕੀ ਕਰੂੰਗੇ, ਇੱਥੇ ਕੁਛ ਜਦੋਂ ਕਹਿੰਦੇ ਦੁੱਖ ਹੋ ਜਾਂਦਾ, ਕਈ ਬੰਦੇ ਜਿੱਦਾਂ ਕਹਿੰਦੇ ਹੁੰਦੇ ਡਿੱਗ ਜਾਂਦੇ ਹੁੰਦੇ ਆ ਕੁਛ ਨਹੀਂ ਕਰਨਾ, ਉਹਨਾਂ ਦੇ ਮਨ ਵਿੱਚ ਹੋਇਆ ਅਸੀਂ ਚੈਰਿਟੀ ਟਰੱਸਟ ਬਣਾਈ ਸੀ। ਜਦੋਂ ਮੇਰਾ ਭਰਾ ਜਿੰਦਾ ਸੀ ਉਹਦਾ ਵਿਆਹ ਇੱਥੇ ਹੋਇਆ ਸੀ, ਉਹਨੇ ਇਟਾਲੀਅਨ ਕੁੜੀ ਨਾਲ ਵਿਆਹ ਕੀਤਾ ਸੀ, ਸਾਡੇ ਦੋਸਤ ਆਏ UK ਤੋਂ ਤੇ ਹੋਰ ਬਾਹਰ ਵੀ, ਉਹਨਾਂ ਨੇ ਇੱਥੇ ਇੰਨੀ ਉਹਨਾਂ ਨੇ ਵੈਲਕਮ ਕੀਤੀ, ਇੰਨਾ ਉਹਨਾਂ ਨੇ ਇੰਜੋਏ ਕੀਤਾ। ਉਹ ਕਹਿੰਦੇ ਇਸ ਜਿਹੜਾ ਰੂਰਲ ਏਰੀਆ ਇੱਥੇ ਅਸੀਂ ਵੀ ਕਰਨਾ ਚਾਹੁੰਦੇ ਹਾਂ ਕੁਛ, ਤੇ ਅਸੀਂ ਟਰੱਸਟ ਕੀਤੀ। ਉਸ ਟਾਈਮ ਸਾਡਾ ਕੋਈ ਨਹੀਂ ਸੀ, ਅਸੀਂ ਸਕੂਲ ਖੋਲੂਗੇ ਇਹ ਉਹ ਕਰੂਗੇ, ਅਸੀਂ ਟਰੱਸਟੀ ਬਣਾ ਤੇ ਅਸੀਂ ਥੋੜੇ ਪੈਸੇ ਇਕੱਠੇ ਕਰੂਗੇ, ਜਿਹੜੀ ਇੱਥੇ ਲੋਕਲ ਕਮਿਊਨਿਟੀ ਆ ਅਸੀਂ ਉਹਨਾਂ ਦਾ ਜਿੱਦਾਂ ਥੋੜਾ ਸੇਵਾ ਕਰੂਗੇ ਜਿੱਥੇ ਚਾਹੀਦਾ। ਜਦੋਂ ਮੇਰੇ ਭਰਾ ਦੀ ਡੈਥ ਹੋ ਗਈ ਉਸ ਤੋਂ ਬਾਅਦ ਫੇਰ ਫੋਕਸ ਹੋ ਗਿਆ ਸਾਡਾ, ਫੇਰ ਅਸੀਂ ਸੋਚਿਆ ਸਕੂਲ ਬਣਾਉਂਦੇ। ਇਹ ਮੇਰੀ ਡੈਡ ਦੀ ਵਿਸ਼ ਸੀ, ਮੇਰਾ ਡੈਡ ਗਿਆ ਸੀ। ਤੁਹਾਡੇ ਡੈਡ ਨੇ ਇੱਥੇ ਆ ਕੇ ਕਿਹੜੇ ਸਨ ਚ ਸਕੂਲ ਇੱਥੇ ਬਣਾਇਆ? ਇੱਥੇ ਕਿੱਦਾਂ ਸੀ, ਸੋਰੀ, ਜਿਵੇਂ ਤੁਹਾਡੇ ਡੈਡ ਸੀਗੇ ਉਹ ਵੀ ਇੰਗਲੈਂਡ ਚ ਰਹਿੰਦੇ ਸੀਗੇ? ਹਾਂਜੀ ਹਾਂਜੀ ਹਾਂਜੀ। ਤੁਹਾਡੇ ਨਾਲ ਤੁਸੀਂ, ਤੁਹਾਡਾ ਜਿਹੜਾ ਜਨਮ ਹੈ ਉੱਥੋਂ ਦਾ ਹੀ ਹੈ? ਹਾਂਜੀ ਹਾਂਜੀ। ਤੁਹਾਡੇ ਡੈਡ ਕਿਹੜੇ ਸਨ ਚ, ਕਿਹੜੀ ਸਨ ਚ ਜਿਹੜੇ ਇੱਥੇ ਆਏ ਸੀਗੇ? 1900 ਤੁਸੀਂ ਕਿਹਾ ਸੀ 1963 ਉਹ ਇੱਥੋਂ ਗਏ ਸੀ UK ਨੂੰ। ਅੱਛਾ। ਉਹਨਾਂ ਦੀ ਜਿਹੜੀ ਤੁਸੀਂ ਦੇਖੋ 81-82 ਸੀ ਜਦੋਂ ਪੂਰੇ ਹੋਏ, ਉਹ ਜ਼ਿਆਦਾ ਚਿਰ ਬਾਹਰ ਰਹੇ ਆ ਇੰਡੀਆ ਤੋਂ। ਉਹਨਾਂ ਦਾ ਇੰਨਾ ਸੀ ਮੈਂ ਇੰਡੀਅਨ ਜੰਮਿਆ, ਉਹਨਾਂ ਨੇ ਇੰਡੀਅਨ ਪਾਸਪੋਰਟ ਆਪਣਾ ਰੱਖਿਆ, ਕਹਿੰਦੇ ਜਿੱਦਾਂ ਮੈਂ ਆਇਆ ਮੈਂ ਉਦਾਂ ਹੀ ਜਾਣਾ। ਉਹਨਾਂ ਨੇ ਇੰਗਲੈਂਡ ਦਾ ਪਾਸਪੋਰਟ ਨਹੀਂ ਯੂਜ਼ ਕੀਤਾ, ਇੰਡੀਆ ਦੇ ਪਾਸਪੋਰਟ ਯੂਜ਼? ਨਾ, ਇੰਡੀਅਨ ਪਾਸਪੋਰਟ ਉਹਦਾ PR ਉੱਥੇ ਹੋ ਗਿਆ ਸੀ, ਇੰਡੀਅਨ ਪਾਸਪੋਰਟ ਰਹੇ ਤੇ ਉੱਥੇ ਫੁੱਲੀ ਐਕਟਿਵ ਆਪਣੀ ਕਮਿਊਨਿਟੀ ਦੇ ਵਿੱਚ ਹੋਏ। ਇੱਦਾਂ ਨਹੀਂ ਜਿੱਦਾਂ ਉਹਨਾਂ ਨੇ ਕੀਤਾ, ਆਪਣੇ ਜਿਹੜੇ ਇੱਥੋਂ ਗਏ ਸੀ ਲੋਕ ਉਹਨਾਂ ਦੀ ਸਪੋਰਟ ਕਰਦੇ ਸੀ, ਫਿਰ ਉਹਨਾਂ ਦੇ ਪੋਲਿਟਿਕਸ ਵਿੱਚ ਪੜ ਗਏ ਤੇ ਉੱਥੇ ਕਾਉਂਸਲਰ ਰਹੇ ਤੇ ਮੇਅਰ ਵੀ ਬਣੇ ਆਪਣੇ ਲਿਮਿੰਗਟਨ ਸ਼ਹਿਰ ਉੱਥੇ ਆਪਣਾ, ਤੇ ਉਹਨਾਂ ਦੇ ਚੇਅਰਮੈਨ ਆਪਣੀ ਪੁਲਿਸ ਕਮੇਟੀ ਦਾ ਉੱਥੇ, ਪਹਿਲਾ ਜਿਹੜਾ ਸਰਦਾਰ ਬੰਦਾ ਉੱਥੇ UK ਦੇ ਵਿੱਚ ਇੱਦਾਂ ਕੀਤਾ, ਉਹ ਸਾਰਾ ਇੰਡੀਅਨ ਪਾਸਪੋਰਟ ਹੋਲਡਰ ਉੱਥੇ। ਸੋ ਉਹਨਾਂ ਨੇ ਬਹੁਤ ਕੀਤਾ ਸੀ ਉੱਥੇ ਕੰਮ। ਸੋ ਜਦੋਂ ਮੇਰਾ ਭਰਾ ਪੂਰਾ ਹੋ ਗਿਆ, ਉਹਨਾਂ ਦੀ ਡਰਾਈਵ ਸੀ, ਉਹਨਾਂ ਦੀ ਐਂਬੈਸ਼ਨ ਸੀ, ਅਸੀਂ ਇੱਥੇ ਹਰਿਆਣਾ ਦੇ ਵਿੱਚ ਰੂਰਲ ਏਰੀਆ ਵਿੱਚ ਅਸੀਂ ਵਧੀਆ ਵਧੀਆ ਸਕੂਲ ਬਣਾਉਂਦੇ ਹਾਂ, ਜਿਹੜਾ ਸਾਡੀ ਮਾਡਲ ਹੈਗੀ ਆ, ਅਸੀਂ 25% ਪਹਿਲਾਂ ਹੀ ਅਸੀਂ ਕਿਹਾ ਜਿਹੜੇ 25% ਸਾਡੇ ਨਿਆਣੇ ਆ ਉਹ ਹੋਣੇ ਆ ਜਿਹੜੇ ਜਿਹਨੂੰ ਐਜੂਕੇਸ਼ਨ ਦਾ ਓਪਰਚੁਨਿਟੀ ਨਹੀਂ ਮਿਲਦੀ,
ਨਿਆਣੇ ਬੱਚੇ ਨੇ ਜਿਹੜੇ ਘਰ ਤੋਂ ਗਰੀਬ ਨੇ, ਜਿਹੜੇ ਉਹਨਾਂ ਦੇ ਕੋਲ ਆਰਥਿਕ ਉਹਨਾਂ ਦੀ ਸਥਿਤੀ ਜਿਹੜੀ ਹੈ ਉਹ ਕਮਜ਼ੋਰ ਹੈਗੀ, ਉਹ ਬੱਚੇ ਇੱਥੇ ਪੜ ਰਹੇ ਨੇ? ਹਾਂਜੀ ਹਾਂਜੀ, ਉਹ ਪੜ੍ਹਦੇ ਆ ਹੁਣ। ਇਸ ਟਾਈਮ ਅਸੀਂ 20-25% ਟਾਰਗੇਟ ਕਰਦੇ ਆ। ਸਾਡੀ ਕੋਲ ਸਾਡੀ ਪੂਰੀ ਸਟਰੈਂਥ ਸਕੂਲ ਦੀ ਹੈਗੀ ਆ ਅਬਾਊਟ 1000 ਕਹਿ ਲਓ, 1000 ਕਹਿ ਲਓ, ਉਹ ਤੋਂ ਸਾਡੇ 250-300 ਨਿਆਣੇ ਹੁਣ ਅੱਜ ਤਾਂ ਪੂਰੀ ਮਾਫ਼ ਆ, ਉਹ ਅੱਧੀ ਉਹ ਥੋੜੀ ਵੱਧ। ਸੋ ਸਾਡਾ ਮਿਸ਼ਨ ਜਿਹੜਾ ਹੈਗਾ ਸੀ ਇਹ ਕਰਨ ਨੂੰ, ਤੇ ਹੋਰ ਹੈਗਾ ਸਾਡਾ ਆਹ ਜਿਹੜਾ ਸਕੂਲ ਤੁਸੀਂ ਦੇਖਿਆ ਹੀ ਆ, ਜਿਹੜੀ ਸਕੂਲ ਦੀ ਸਟਰੈਂਥ ਹੈਗੀ ਹੈ ਉਹ ਕਿੰਨੀ ਸਟਰੈਂਥ ਹੈਗੀ ਹੈ ਟੋਟਲ? ਇਸ ਟਾਈਮ 963, ਸੋ ਅਸੀਂ 1000 ਦਾ ਕੈਪ ਕੀਤਾ, ਅਸੀਂ ਹੋਰ ਨੀ ਨਿਆਣੇ 1000 ਕਰਨੇ। ਬਟ ਤੁਸੀਂ ਜਿੱਦਾਂ ਗ੍ਰਾਂਟ ਦੇਖਿਆ ਇੱਥੇ, ਮੈਂ ਗ੍ਰਾਂਟ ਦੀ ਗੱਲ ਕਰ, ਸੋ ਆਪਣੇ ਜਿਹੜੇ ਗ੍ਰਾਂਟ ਆ ਖੁੱਲੇ ਆ, ਅਸੀਂ ਇੱਥੇ ਕਈ ਸਾਲ ਪਿੱਛੇ 2014 ਵਿੱਚ ਅਸੀਂ ਸੋਲਰ ਪੈਨਲ ਲਾਏ, ਹੁਣ ਇੱਥੇ ਕੋਈ ਡੀਜ਼ਲ ਜਨਰੇਟਰ ਨਹੀਂ, ਸਭ ਇੱਥੇ ਜਿੰਨੀ ਸਾਡੀ ਬਿਜਲੀ ਐਨਰਜੀ ਦੀ ਲੋੜ ਆ ਅਸੀਂ ਸੋਲਰ ਪੈਨਲ ਦੇ ਯੂਜ਼ ਕਰਦੇ ਆ। ਮੇਰਾ ਖਿਆਲ ਹੈ ਇੱਥੇ ਕੋਈ ਸਕੂਲ ਨਹੀਂ ਹੋਣਾ ਚਾਹੀਦਾ। ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਉਹਨਾਂ ਨੇ ਵੀ ਤੁਹਾਡਾ, ਉਹਨਾਂ ਦਾ ਮਕਸਦ ਇਹ ਹੀ ਹੈ ਕਿ ਜਿਹੜਾ ਇੱਕ ਸੌਰ ਜਿਹੜਾ ਸੂਰਯ ਊਰਜਾ ਜਿਹੜੀ ਯੋਜਨਾ ਹੈ ਉਹ ਹੁਣ ਲਾ ਰਹੇ ਨੇ, ਤੇ ਤੁਸੀਂ ਉਹਨੂੰ ਪਹਿਲਾਂ ਇੰਪਲੀਮੈਂਟ? ਅਸੀਂ ਪਹਿਲਾਂ ਇੰਪਲੀਮੈਂਟ ਕੀਤਾ ਸੀ, ਜਿਹੜੇ 25% ਨਿਆਣੇ ਕਹਿੰਦੇ ਆ ਪ੍ਰਾਈਵੇਟ ਸਕੂਲ ਤੇ ਹੋਣੇ ਚਾਹੀਦੇ ਆ, BPL ਔਰ ਜਿੱਦਾਂ ਕਹਿੰਦੇ ਹੁੰਦੇ ਮਾਫ਼ ਕਰਨੀ ਆ, ਅਸੀਂ ਤਾਂ ਪਹਿਲਾਂ ਹੀ ਹੋ ਗੱਲ ਕਰਦੇ ਸੀ, ਸਾਡਾ ਮਿਸ਼ਨ ਇਹੀ ਆ। ਹੁਣ ਅਸੀਂ ਕਈ ਸਾਲ ਅਸੀਂ ਫੰਕਸ਼ਨ ਕਰਦੇ ਹਾਂ, ਹਰੇਕ ਸਾਲ ਜਿਹੜੇ ਸਾਡੇ ਲੋਕਲ MP ਹੈਗੇ ਆ ਜਿੱਦਾਂ ਡਿਗਨੇਟਰੀ ਐਜੂਕੇਸ਼ਨ ਵਿੱਚ, ਅਸੀਂ ਉਹਨਾਂ ਨੂੰ ਸੱਦਦੇ ਹਾਂ ਤੇ ਅਸੀਂ ਆਪਣੀ ਸਟੋਰੀ ਸੁਣਾਉਂਦੇ ਹਾਂ। ਇਹ ਜਿਹੜਾ ਸਕੂਲ ਆ ਇਹ ਪੂਰਾ ਸੇਵੇਦਾਰ ਦਾ ਚੱਲਦਾ ਆ, ਸਾਡੇ ਜਿਹੜੀ ਮੈਨੇਜਮੈਂਟ ਆ ਸਾਡੀ ਕਮੇਟੀ ਜਾਂ ਆਪਣਾ MD ਤੇ ਮੈਂ ਉਹਨਾਂ UK ਤੋਂ ਇੱਥੇ ਜਿੰਨਾ ਮੈਂ ਕਸਟਮ ਹੈ ਉੱਥੇ ਕੰਮ ਕਰਦਾ UK ਦੇ ਵਿੱਚ, ਅਸੀਂ ਇੱਦਾਂ ਨਹੀਂ ਜਿੱਦਾਂ ਬਿਜ਼ਨਸਮੈਨ ਔਰ ਐਨੀਥਿੰਗ ਲੱਗਦਾ। ਹੁਣ ਮੈਂ ਉੱਥੋਂ ਜੰਮਿਆ, ਮੇਰੀ ਜਨਮ ਉੱਥੋਂ ਆ, ਪਰ ਮੈਂ UK ਪਾਸਪੋਰਟ ਹੋਲਡਰ ਆ, ਠੀਕ ਆ, ਮੈਂ ਉੱਥੇ ਜੰਮਿਆ। ਮੈਨੂੰ ਕਈ ਵਾਰ ਕਹਿੰਦੇ ਤੁਸੀਂ ਵਾਪਸ ਇੰਡੀਆ ਜਾਂਦੇ, ਮੈਂ ਕਹਿੰਦਾ ਵਾਪਸ ਕਿੱਥੇ ਇੰਡੀਆ ਜਾਣਾ, ਅਸੀਂ ਸਾਡਾ ਜਨਮ ਹੈਗਾ UK ਦੇ ਵਿੱਚ, ਸਾਡਾ ਕਨੈਕਸ਼ਨ ਹੈਗਾ ਇੰਡੀਆ ਦੇ ਵਿੱਚ। ਜਦੋਂ ਤੁਸੀਂ ਇੰਗਲੈਂਡ ਤੋਂ ਇੱਥੇ ਆਉਂਦੇ ਹੋ, ਹਾਂਜੀ ਹਾਂਜੀ, ਤੇ ਇੰਗਲੈਂਡ ਤੋਂ ਆ ਕੇ ਜਦੋਂ ਇੱਥੇ ਇਸ ਸਕੂਲ 'ਚ ਆਉਂਦੇ ਹੋ, ਇੰਨੇ ਬੱਚਿਆਂ ਦੀ ਸਟਰੈਂਥ ਹੈਗੀ ਹੈ, ਗਰੀਬ ਬੱਚੇ ਇੱਥੇ ਪੜ੍ਹਦੇ ਨੇ, ਹਾਂਜੀ, ਤੇ ਉਹਨਾਂ ਦੇ ਵਿੱਚ ਆ ਕੇ ਕਿਵੇਂ ਲੱਗਦਾ ਤੁਹਾਨੂੰ ਕਿ ਕੀ ਉੱਥੋਂ ਦਾ ਮਾਹੌਲ ਤੇ ਇੱਥੋਂ ਦਾ ਮਾਹੌਲ 'ਚ ਕੀ ਫਰਕ ਲੱਗਦਾ? ਫਰਕ ਇੱਥੇ ਹੈਗਾ ਐਜੂਕੇਸ਼ਨ ਤੇ। ਹੁਣ ਮੈਂ ਐਜੂਕੇਸ਼ਨ ਵਿੱਚ ਨਹੀਂ, ਮੇਰੇ ਜਿਹੜੇ ਨਾਲ ਜੁੜੇ ਆ ਉਹ ਕਰਦੇ ਆ, ਉਹਨੇ ਇੰਨਾ ਦੇਖਿਆ ਇੱਥੇ ਨਿਆਣੇ ਆਪਣੇ UK ਦਾ ਫਰਕ ਹੁਣ ਹੈਗਾ। ਆਪਣਾ MP ਜਿਹੜਾ ਆਇਆ ਸੀ ਇੱਥੇ, ਮੈਟ ਵੈਸਟਨ ਸਾਡਾ ਲੋਕਲ MP ਆ, ਉਹ ਵੀ ਸ਼ਰਵ ਐਜੂਕੇਸ਼ਨ ਮਿਨਿਸਟਰ ਆ ਉੱਥੇ। ਹੁਣ ਮੈਂ ਉਹਨੂੰ ਪੁੱਛਿਆ ਸੀ, ਮੇਰਾ ਸਵਾਲ ਵੀ ਹੈਗਾ ਸੀ, ਮੈਂ ਉਹਨੂੰ ਵੀ ਪੁੱਛਿਆ, ਮੈਂ ਉਹ ਤੁਹਾਡਾ ਸ਼ੇਅਰ ਕਰਦਾ। ਉਹ ਕਹਿੰਦੇ ਨਿਆਣੇ ਇੱਥੇ ਹੁਸ਼ਿਆਰ ਆ, ਵੈਰੀ ਜਿੱਦਾਂ ਕਹਿੰਦੇ ਹੁੰਦੇ ਆ ਉਹ ਐਜੂਕੇਸ਼ਨ ਦੇ ਵਿੱਚ ਬਣਨਾ ਚਾਹੁੰਦੇ ਆ। ਹੁਣ UK ਦਾ ਥੋੜ੍ਹਾ ਜਿਹਾ ਇੱਦਾਂ ਨਹੀਂ ਹੁੰਦਾ, ਕਈ ਸਕੂਲ ਹੁੰਦੇ ਉੱਥੇ ਇੱਦਾਂ, ਇੱਥੇ ਜਿਹੜਾ ਇਹਨਾਂ ਨੂੰ ਓਪਰਚੁਨਿਟੀ ਦੇਖਦੇ ਆ ਤੇ ਫੜਦੇ ਆ, ਬਹੁਤ ਜਿੱਦਾਂ ਕਹਿੰਦੇ ਐਕਸਾਈਟਿਡ ਹੁੰਦੇ ਆ, ਕਰਨਾ ਚਾਹੁੰਦੇ ਆ ਟੀਚਰਾਂ ਦੇ ਵੀ ਨਾਲ। ਹੁਣ ਜਿਹੜਾ ਫੰਕਸ਼ਨ ਦੇਖਿਆ ਕਿੰਨੇ ਨਿਆਣੇ ਖੁਸ਼ ਸੀ ਕਰਨ ਨੂੰ, ਇਹ ਬਹੁਤ ਵਧੀਆ ਚੀਜ਼ ਆ, ਇੱਥੇ ਬਹੁਤ ਵਧੀਆ ਚੀਜ਼ ਆ। ਇਹ ਹੁਣ UK ਦੇ ਵਿੱਚ ਉਹਦੇ ਮਾਇੰਡ ਵਿੱਚ ਇਹ ਥੋੜੀ ਡਿੱਗੀ ਆ, ਇੱਦਾਂ ਕਹਿ ਲਓ। ਹੁਣ ਹੁਣ ਕੀ ਅੱਗੇ ਦਾ ਤੁਹਾਡਾ ਜਿਹੜਾ ਸਕੂਲ ਨੂੰ ਹੋਰ ਜ਼ਿਆਦਾ ਵਧਾਉਣ ਤੇ ਹੋਰ ਅੱਗੇ ਦੀ ਕੀ ਪਲਾਨਿੰਗ ਹੈਗੀ ਹੈ, ਜਿਹੜੇ ਗਰੀਬ ਬੱਚੇ ਹੈਗੇ ਨੇ ਉਹਨਾਂ ਨੂੰ ਹੋਰ ਅੱਗੇ ਵਧਾਉਣ ਵਾਸਤੇ ਕੀ ਇੱਥੇ ਤੁਹਾਡੀ ਮਨਸ਼ਾ ਹੈਗੀ ਹੈ, ਕੀ ਤੁਸੀਂ ਚਾਹੁੰਦੇ? ਸੋ ਇਹ ਚੈਲੰਜ ਪਤਾ ਕੀ ਹੈ, ਹੁਣ ਅੱਜ ਕੱਲ੍ਹ ਆਪਣੇ ਜਿਹੜਾ ਅਸੀਂ ਪ੍ਰਾਈਵੇਟ ਸਕੂਲ ਆ, ਪ੍ਰਾਈਵੇਟ ਚੈਰਿਟੀ ਸਕੂਲ, ਸਾਡਾ ਥੋੜ੍ਹਾ ਡੈਜ਼ਿਗਨੇਸ਼ਨ ਡਿਫਰੈਂਟ ਆ, ਅਸੀਂ ਇੰਡੀਪੈਂਡੈਂਟ ਵੀ ਆ। ਹੁਣ ਅਸੀਂ ਪੈਸੇ ਉੱਥੇ ਜੋੜੇ, ਇੱਥੇ
ਭੇਜਦੇ ਆ, ਥੋੜੇ ਥੋੜੇ ਭੇਜਦੇ ਆ ਹੁਣ। ਸਾਡੀ ਡ੍ਰੀਮ ਸੀ ਜਿਹੜਾ ਸਕੂਲ ਆ ਇਹ ਸੈਲਫ ਸਫੀਸ਼ੀਐਂਟ ਹੋ ਜਾਏ, ਤੁਰੋ ਆਪਣੇ ਪੈਰਾਂ ਤੇ। ਆ ਜਿਹੜਾ ਵੱਡੇ ਵੱਡੇ ਇੱਥੇ ਜਿਹੜੇ ਕਹਿੰਦੇ ਹੁੰਦੇ ਆ ਕੈਪੀਟਲ ਪ੍ਰੋਜੈਕਟ ਸੀ, ਉਹ ਤਾਂ ਹੈਗੇ ਨੀ ਹੁਣ, ਜਿੰਨਾ ਹੁਣ ਸਾਜ ਹੈਗਾ ਸਕੂਲ ਏਦਾਂ ਰਹਿਣਾ। ਇਹ ਚੈਲੰਜ ਪਤਾ ਕੀ ਆ ਹੁਣ ਸਾਡੀ, ਜਿਹੜਾ ਇੱਥੇ ਨਿਆਣਾ ਆਉਂਦਾ ਤੇ ਉਹਦੇ ਮਾਂ ਪਿਓ ਫੈਮਿਲੀ ਦੇ ਕੋਲ ਪੈਸੇ ਨਹੀਂ ਹੈਗੇ, ਅਸੀਂ ਉਹਨਾਂ ਨੂੰ ਮਾਫ਼ ਕਰਦੇ ਹਾਂ, ਅਸੀਂ ਉਹਨਾਂ ਨੂੰ ਅਪਰਚੁਨਿਟੀ ਦਿੰਦੇ ਹਾਂ। ਉਹ ਹੁਣ ਸੋਚਣ ਲੱਗ ਗਿਆ ਮੈਂ ਮੈਡਿਕ ਕੋਈ ਜਾ ਸਕਦਾ, ਉੱਥੇ ਜਾ ਸਕਦੀ ਹਾਂ। ਸਗੋਂ ਜਦੋਂ ਸਾਡੇ ਸਕੂਲ ਅਸੀਂ ਪਲੱਸ ਟੂ ਆਪਣਾ ਕਰਦੇ ਹਾਂ, ਪਲੱਸ ਟੂ ਕਰਦੇ ਹਾਂ, ਜਦੋਂ ਪਲੱਸ ਟੂ ਤੋਂ ਨਿਕਲ ਗਏ, ਉਸ ਨਿਆਣੇ ਦੀ ਕਿਹੜੀ ਕਿੱਦਾਂ ਸਪੋਰਟ ਦੇ ਸਕਦੇ ਹਾਂ ਆਪਾਂ? ਸ਼ਾਇਦ ਸਾਡੇ ਤੋਂ ਆਉਂਗੇ, ਆਪਾਂ ਦੇਖਦੇ ਹਾਂ ਆਪਣੀ ਜਿਹੜੀ ਇੱਥੇ ਗਵਰਨਮੈਂਟ ਵੀ ਆ, ਤੁਸੀਂ ਕਿੱਦਾਂ ਸਪੋਰਟ ਕਰ ਸਕਦੇ ਨਿਆਣੇ? ਅਸੀਂ ਇੰਨਾ ਇਹਨਾਂ ਨੇ ਤੋੜ ਦਿੱਤਾ, ਤੋੜਿਆ, ਇਹਨਾਂ ਦੀ ਐਂਬਿਸ਼ਨ ਬਣ ਗਈ। ਸੋ ਇਹਦੀ ਜਿਹੜੀ ਐਂਬਿਸ਼ਨ ਇਹ ਨੈਕਸਟ ਸਟੈਪ ਕੀ ਆ? ਉਹ ਸਾਡੇ ਤੋਂ ਅਸੀਂ ਇੰਨੇ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਆਪਾਂ ਕਰ ਸਕਦੇ ਹਾਂ, ਆਪਾਂ ਫਿਰ ਵੀ ਕਰ ਰਹੇ ਹੋ ਤੁਸੀਂ, ਅਸੀਂ ਜਿੰਨਾ ਕੁ ਆਪਾਂ ਕਰ ਸਕਦੇ ਹਾਂ ਕਰਦੇ ਹਾਂ, ਠੀਕ ਆ। ਆਈ ਥਿੰਕ ਇਹ ਆਪਣੇ ਸਰਕਾਰ ਤੋਂ, ਆਪਣੇ ਹੋਰ ਜਿਹੜੇ ਇੱਥੇ ਪ੍ਰਾਈਵੇਟ ਸਕੂਲ ਹੈਗੇ ਆ ਸਾਰੇ, ਹੋਰ ਵੀ ਕੋਈ ਵੀ ਐਜੂਕੇਸ਼ਨ ਵਿੱਚ ਇਹ ਚੈਲੰਜ ਹੈਗਾ ਇੰਡੀਆ ਦੇ ਵਿੱਚ, ਤੁਸੀਂ ਕਰੋ ਜਿਹੜੇ ਨਿਆਣੇ ਤੁਸੀਂ ਸਪੋਰਟ ਕਰਦੇ ਆ, ਤੁਸੀਂ ਇੰਨਾ ਚਿਰ ਕਰਨਾ, ਉਸ ਤੋਂ ਬਾਅਦ ਕਿੱਦਾਂ ਕਰੂਗੇ? ਉਹ ਕੀ ਮੈਕੇਨਿਜ਼ਮ ਆ? ਜੇ ਆਪਾਂ ਬਣਾਉਣੇ ਵਧੀਆ ਸਿਟੀਜ਼ਨ ਇੰਡੀਆ ਦੇ, ਆਪਣੇ ਇੱਥੇ ਇੰਡੀਆ ਦੇ ਵਿੱਚ ਤੇ ਜਿਹੜੇ ਕੰਟਰੀਬਿਊਟ ਕਰੂਗੇ ਇੱਥੇ ਇਕੋਨਮੀ ਨੂੰ, ਬਾਹਰ ਵੀ ਜਾਂਦੇ ਆ, ਇੱਥੇ ਬਹੁਤ ਜਾਂਦੇ ਬਾਹਰ, ਉਹਨਾਂ ਦੇ ਜਿੱਦਾਂ ਐਜੂਕੇਸ਼ਨ ਪੂਰੀ ਕਰਨ ਨੂੰ ਕਿੱਦਾਂ ਕੋਸ਼ਿਸ਼ ਕਰੂਗੇ? ਅਸੀਂ ਇੱਥੇ ਸਟਾਰਟ ਕੀਤਾ। ਇਸ ਤੋਂ ਹਟ ਕੇ ਇੱਕ ਗੱਲ ਦੱਸੋ ਤੁਸੀਂ, ਇੰਡੀਆ ਦੇ ਜਿਹੜੇ ਲੋਕ ਨੇ ਉਹ ਵਿਦੇਸ਼ ਜਾਣ ਨੂੰ ਤਿਆਰ ਰਹਿੰਦੇ ਨੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਵਿਦੇਸ਼ ਜਾ ਕੇ ਕੁਛ ਵੀ ਕਰ ਸਕਦੇ ਹਾਂ ਉੱਥੇ, ਤੇ ਇੱਥੇ ਸਾਡਾ ਇੰਨਾ ਜਿਹੜਾ ਐਂਬੀਸ਼ਨ ਹੈ ਉਹ ਨਹੀਂ ਬਣਦਾ। ਇਹ ਤੁਸੀਂ ਕਹਿੰਦੇ, ਮੈਨੂੰ ਤਾਂ ਮੈਂ ਤਾਂ ਉੱਥੇ ਹੁੰਦਾ ਮਿਨਿਸਟਰ ਸਾਹਿਬ, ਮੈਂ ਇਹ ਤਾਂ ਦੇਖਿਆ ਇੱਥੇ ਹਰਿਆਣਾ ਪੰਜਾਬ ਕਲਚਰ ਬਣਿਆ ਹੋਇਆ, ਇਹ ਕਲਚਰ ਮੈਂ ਦੇਖਿਆ ਹੈਗਾ ਆਪਣਾ। ਜਿਹੜਾ ਜਦੋਂ ਮੇਰੀ ਵਾਈਫ ਇੱਥੇ ਆਈ ਸੀ, ਕਈ ਵਾਰੀ ਅਸੀਂ ਜਦੋਂ ਇੱਥੇ ਹਰਿਆਣਾ ਪੰਜਾਬ ਜਾਂਦੇ ਹਾਂ, ਆਈਲੈਟਸ ਕੋਰਸ ਬਹੁਤ ਹੁੰਦੇ ਆ। ਮੈਂ ਸਮਝਦਾ ਕਿਉਂ ਜਾਂਦੇ ਆ ਕਿ ਜਿੱਥੇ ਓਪਰਚੁਨਿਟੀ ਹੈਗੀ ਆ, ਪਰ ਤੁਸੀਂ ਦੇਖੋ ਮੈਂ ਉੱਥੋਂ ਜਾਣਾ, ਮੇਰਾ ਉੱਥੇ ਆ, ਮੇਰਾ ਜਨਮ ਉੱਥੇ ਕਿਉਂ ਆ? ਕਿ ਮੇਰਾ ਫਾਦਰ ਉੱਥੇ ਗਿਆ ਸੀ, ਉਹਨਾਂ ਨੇ ਉੱਥੇ ਕੰਮ ਕੀਤਾ। ਉਸ ਟਾਈਮ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ, ਉਹ ਤਾਂ ਮੰਗਦੇ ਸੀ ਬਾਹਰੋਂ ਆਪਣੇ ਕਾਮਨਵੈਲਥ ਤੇ ਆਓ, ਕਿ ਸਾਡੇ ਥੋੜੇ ਲੋਕ ਆ ਜਿਹੜੇ ਫੈਕਟਰੀਆਂ ਵਿੱਚ ਕੰਮ ਕਰਦੇ ਆ। ਹੁਣ ਅਸੀਂ ਜਿਹੜੇ ਸੈਕਿੰਡ ਜਨਰੇਸ਼ਨ ਉੱਥੋਂ, ਅਸੀਂ ਉੱਥੇ ਸਾਡਾ ਜਨਮ ਹੋਇਆ, ਅਸੀਂ ਉੱਥੇ ਜੋ ਕੁਛ ਕਰ ਸਕਦੇ ਹਾਂ, ਅਸੀਂ ਇੰਡੀਆ ਦੇ ਵਿੱਚ ਇੱਦਾਂ ਕਰਦੇ, ਸਾਡਾ ਕਨੈਕਸ਼ਨ ਹੈਗਾ। ਵੀ ਜਿਹੜੀ ਗੱਲ ਤੁਸੀਂ ਪੁੱਛਦੇ ਸੀ, ਇੱਥੇ ਮੇਰਾ ਖਿਆਲ ਆ ਓਪਰਚੁਨਿਟੀ ਇੱਥੇ ਇੰਡੀਆ ਵੀ ਹੈਗੀਆਂ ਜਿੰਨੀਆਂ ਹੈਗੀਆਂ ਆਪਣੇ UK ਅਮਰੀਕਾ ਦੇ ਅਨਸਰ, ਬਟ ਇੱਥੇ ਹੈਗਾ ਲੋਕ ਬਾਹਰ ਨੂੰ ਜਾਣਾ ਚਾਹੁੰਦੇ ਮੇਰਾ ਖਿਆਲ ਜ਼ਿਆਦਾ। ਕਈ ਵਾਰੀ ਅਸੀਂ ਸੋਚਦੇ ਸੀ ਕਿ 2 ਸਾਲ ਪਿੱਛੇ ਮੈਂ ਗੱਲ ਕੀਤੀ ਸੀ ਕਿਸੇ ਨਾਲ, ਮੈਂ ਕਹਿੰਦਾ ਜਿੰਨਾ ਟਾਈਮ ਤੁਸੀਂ ਸਾਡੇ ਸਕੂਲ ਆਉਂਦੇ ਆ, ਅਸੀਂ ਤੁਹਾਨੂੰ ਜਿੰਨਾ ਫਸਟ ਕਲਾਸ ਐਜੂਕੇਸ਼ਨ ਦੇਣਾ, ਜਿੱਥੇ ਤੁਹਾਡਾ ਮਨ ਹੈਗਾ ਤੁਸੀਂ ਇੱਥੇ ਕੰਮ ਕਰਨਾ, ਇੰਡੀਆ ਦੇ ਵਿੱਚ ਤੁਸੀਂ ਬਾਹਰ ਜਾਣਾ, ਅਸੀਂ ਤੁਹਾਨੂੰ ਬੜਾ ਕਹਿਣਾ ਇੱਧਰ ਜਾਓ ਉੱਧਰ ਜਾਓ, ਉਹ ਹਰੇਕ ਬੰਦੇ ਦੀ ਮਰਜ਼ੀ ਹੁੰਦੀ ਆ। ਬਟ ਜਿਹੜਾ ਐਜੂਕੇਸ਼ਨ ਆ ਉਹ ਹੈਗਾ ਤੁਹਾਡਾ ਅਸਲੀ ਪਾਸਪੋਰਟ ਹੈਗਾ ਐਜੂਕੇਸ਼ਨ, ਜਿਹੜਾ ਬੰਦਾ ਪੜ੍ਹਿਆ ਆ ਉਹ ਤਾਂ ਜਿੱਥੇ ਮਰਜ਼ੀ ਐਜੂਕੇਸ਼ਨ ਲੈ ਕੇ ਕਿੱਥੇ ਵੀ ਵਧੀਆ, ਉਹਨਾਂ ਦੀ ਮਰਜ਼ੀ ਆ ਜਿੱਥੇ ਵੀ ਜਾ। ਮੈਂ ਕਹਿੰਦਾ ਇੱਥੇ ਇੰਡੀਆ ਵੀ ਠੀਕ ਆ, ਬਾਹਰ ਵੀ ਠੀਕ ਆ, ਉਹ ਹਰੇਕ ਬੰਦੇ ਦੀ ਮਰਜ਼ੀ ਹੁੰਦੀ ਆ, ਕਿ ਸਰਕਮਸਟਾਂਸ ਸਾਰੇ ਦੇ ਡਿਫਰੈਂਟ ਹੁੰਦੇ ਆ। ਤੇ ਮੈਂ ਕਹਿੰਦਾ ਮੈਂ ਜਦੋਂ ਇੰਡੀਆ ਹੁੰਦਾ, ਆਈ ਲਵ ਇਹ, ਮੈਂ ਤਾਂ ਲਵ ਕਰਦਾ ਹਾਂ, ਕਿ ਇੱਥੇ ਸਾਡਾ ਕਨੈਕਸ਼ਨ ਆ, ਆਪਣੇ ਭਰਾ ਭੈਣ ਇੱਥੇ ਬਹੁਤ ਆ। ਤੁਸੀਂ ਇੰਗਲੈਂਡ 'ਚ ਰਹਿ ਕੇ ਇੱਥੋਂ ਦੀ ਮੈਮੋਰੀ ਯਾਦ ਕਰਦੇ ਹੋ, ਤੇ ਇੱਥੋਂ ਦੇ ਬੰਦੇ ਉੱਥੋਂ ਦੀ ਮੈਮੋਰੀ ਯਾਦ ਕਰਦੇ? ਕਿੱਦਾਂ? ਸੋਰੀ, ਮੈਂ ਅੰਡਰਸਟੈਂਡ ਨਹੀਂ। ਮੈਂ ਕਹਿਣਾ ਚਾਹੁੰਦਾ ਜਿਵੇਂ ਤੁਸੀਂ ਉੱਥੇ ਰਹਿ ਕੇ, ਹਾਂਜੀ, ਇੱਥੋਂ ਦਾ ਵਾਤਾਵਰਣ ਜਿਹੜਾ ਮਾਹੌਲ ਹੈ, ਹਾਂਜੀ ਹਾਂਜੀ,
ਉਹ ਯਾਦ ਕਰਦੇ ਹੋ ਤੇ ਇੱਥੋਂ ਦੇ ਲੋਕ ਉਹ ਚਾਹੁੰਦੇ ਨੇ ਵੀ ਅਸੀਂ ਉੱਥੇ ਜਾ ਕੇ ਵੀ ਦੇਖੀ ਕਿਹੋ ਜਿਹਾ ਮਾਹੌਲ। ਠੀਕ ਆ ਠੀਕ ਆ, ਮੈਂ ਆਪਣੇ ਜਿਹੜੇ ਮੇਰੇ ਫਾਦਰ ਦੀ ਜਨਰੇਸ਼ਨ ਆ ਉਹ ਮੈਂ ਕਈ ਵਾਰੀ ਅਸੀਂ ਹੁਣ ਗੋਲਡਨ ਜਨਰੇਸ਼ਨ ਕਹਿੰਦੇ ਆ, ਜਿਹੜੇ ਉਹ ਬਾਹਰ ਗਏ ਸੀ ਉੱਥੇ ਜਿਹੜੇ ਜਿੱਥੇ ਪਹੁੰਚੇ ਸੀ, ਇਹ ਸੱਚ ਸੱਚ ਸਟੋਰੀ ਹੈ, ਕੋਈ ਨੀ ਕਹਿ ਸਕਦਾ ਏਦਾਂ ਹੋਇਆ ਨੀ। ਉੱਥੇ ਜਾ ਕੇ ਉਹਨਾਂ ਨੂੰ ਅੰਦਰ ਅੰਦਰ ਵੰਡ ਵੀ ਨੀ ਦਿੰਦੇ ਸੀ, ਗਾਲਾਂ ਗੁਲਾਂ ਕਰਨੀਆਂ, ਉੱਥੇ ਬਾਹਰੋਂ ਆਏ ਆ, ਸਾਡੀਆਂ ਜੋਬਾਂ ਲੈਂਦੇ ਆ, ਬਲਾ ਬਲਾ, ਉਹਦੀਆਂ ਜੋਬਾਂ ਤਾਂ ਕਰਦੇ ਸੀ। ਉਹਨਾਂ ਨੇ ਇੰਨਾ ਦੇਖਿਆ, ਇੰਨੀ ਆਪਣੀ ਕਮਿਊਨਿਟੀ ਜਿਹੜੀ ਬਾਹਰ ਆ, ਜਿੱਥੇ ਵੀ ਜਾਓ, ਇੰਗਲੈਂਡ, ਯੂ ਐਸ ਏ, ਕਨੇਡਾ, ਜਿੱਥੇ ਵੀ ਜਾਓ, ਕਨੇਡਾ ਦੇਖੋ ਹੁਣ ਇਹਨੇ ਆਪਣੇ ਜਿਹੜੇ ਉੱਥੇ ਲੋਕ ਆ ਉਹ ਪੋਲੀਟਿਕਸ ਵਿੱਚ ਇਨਵੋਲਵ ਹੋ ਗਏ, ਬਿਜ਼ਨਸ ਤਕੜੀਆਂ ਬਣਾਈਆਂ, ਉਹਨਾਂ ਨੇ ਯਾਦ ਭੁੱਲਿਆ ਨੀ ਆਪਣਾ ਇੰਡੀਆ ਦਾ, ਇੰਡੀਆ ਦਾ ਕਲਚਰ ਦਾ, ਕਲਚਰ ਦਾ ਆਪਾਂ ਲਾਈਵ ਕਰਨਾ ਚਾਹੁੰਦੇ ਹਾਂ। ਹੁਣ ਜਿਹੜੇ ਇੱਥੇ ਬੈਠੇ ਆ ਉਹ ਜਿਹੜੇ ਪਹਿਲਾਂ ਗਏ ਸੀ ਉਹ ਵੀ ਦੇਖਣਾ। ਹੁਣ ਆਪਣਾ ਜਿਹਦੇ ਕੋਲ ਨਿਆਣੇ ਹੁੰਦੇ ਆ, ਸਭ ਤੋਂ ਵੱਡੀ ਚੀਜ਼ ਕੀ ਹੁੰਦੀ ਹੈ, ਮੇਰਾ ਨਿਆਣਾ ਪੜ੍ਹੇ, ਮੇਰਾ ਨਿਆਣਾ ਕੋਈ ਵਧੀਆ ਜੋਬ ਲੈ ਉਹ, ਤੇ ਆਪਣੇ ਮਾਂ ਪਿਓ ਦੀ ਲੁੱਕ ਆਫਟਰ ਕਰੋ, ਇਹ ਮੇਰੇ ਮਾਇੰਡ ਵਿੱਚ ਇੱਦਾਂ ਹੀ ਆ। ਹੈ ਨਾ, ਜਿਹੜੇ ਇੱਥੇ ਜਮੇ ਆ ਉਹਨੇ ਦੇਖਣਾ ਕਿੱਥੇ ਓਪਰਚੁਨਿਟੀ ਕਿੱਥੇ ਆ, ਜਾਈ ਹੁਣ ਓਪਰਚੁਨਿਟੀ ਬਾਹਰ ਦੇਖਦੇ ਆ, ਮਰਜ਼ੀ ਉੱਥੇ ਜਾਓ, ਇੱਥੇ ਓਪਰਚੁਨਿਟੀ ਹੈਗੀ ਉਹ ਵੀ ਦੇਖੋ, ਇਹਨੇ ਦੁਨੀਆ ਤਾਂ ਦੇਖਣੀ ਚਾਹੀਦੀ ਹੈ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਡੀ ਦੁਨੀਆ ਕਿੰਨੀ ਵਧੀਆ। ਹੁਣ ਲਾਸਟ ਕੁਐਸਚਨ ਤੁਹਾਡੇ ਨਾਲ ਇਹ ਹੈ ਕਿ ਇਸ ਸਕੂਲ ਨੂੰ ਹੋਰ ਜ਼ਿਆਦਾ ਬੜਾਵਾ ਦੇਣ ਲਈ ਤੁਹਾਡਾ ਹੋਰ ਕੀ ਪ੍ਰਯਾਸ ਹੈਗਾ? ਤੁਸੀਂ ਹੁਣ ਇੰਗਲੈਂਡ 'ਚ ਰਹਿ ਕੇ ਇੱਥੇ ਇੱਥੇ ਜਿਹੜੀ ਹੈ ਉਹ ਸੇਵਾ ਕਰ ਰਹੇ ਹੋ, ਹਾਂਜੀ, ਹੋਰ ਕੀ ਉਪਲਬਧੀ ਇੱਥੇ ਹਾਸਿਲ ਕਰਨਾ ਚਾਹੁੰਦੇ ਹੋ ਬੱਚਿਆਂ ਵਾਸਤੇ? ਅਸੀਂ ਇੱਥੇ ਹੁਣ ਜਿਹੜਾ ਹੁਣ ਪਹਿਲਾਂ ਵੀ ਕਹਿ ਰਿਹਾ ਸੀ ਅਸੀਂ ਸਕੂਲ ਵੱਡਾ ਨਹੀਂ ਬਣਾਉਣਾ, ਹੁਣ ਅਸੀਂ ਜਿਹੜੀ ਇਹਦੀ ਹਾਰਟ ਹੁੰਦਾ ਆ, ਹੁਣ ਮੈਂ ਇੱਥੇ ਕੋਈ ਐਜੂਕੇਸ਼ਨ ਇੰਸਟੀਟਿਊਟ ਸੀ, ਮੈਂ ਗਿਆ ਸੀ ਸਾਲ ਪਿੱਛੇ, ਕਹਿੰਦੇ ਨੇ ਸਕੂਲ ਦਾ ਜਿਹੜਾ ਹਾਰਟ ਹੁੰਦਾ ਉਹ ਲਾਇਬ੍ਰੇਰੀ ਹੁੰਦੀ ਹੈ। ਯਾ ਉਹੀ ਗੱਲ ਮੈਂ ਕਹਿਣ ਲੱਗਾ ਸੀ, ਅਸੀਂ ਲਾਸਟ ਈਅਰ ਸਾਡੇ ਇੱਥੇ ਰੋਹਤਕ ਯੂਨੀਵਰਸਿਟੀ ਅਸੀਂ ਵਿਜ਼ਿਟ ਕਰਨ ਗਏ ਸੀ, ਉੱਥੇ ਵਾਈਸ ਚਾਂਸਲਰ ਨਾਲ ਗੱਲ ਕਰਦੇ ਸੀ, ਮੇਰੀ ਉਹਨਾਂ ਨਾਲ ਇੱਕ ਯਾਦ ਆਈ, ਉਹ ਕਹਿੰਦੇ ਜਿਹੜਾ ਲਾਇਬ੍ਰੇਰੀ ਹੁੰਦਾ ਉਹ ਹੈਗਾ ਦਿਲ, ਹਾਰਟ ਸਕੂਲ ਦਾ। ਸੋ ਅਸੀਂ ਵਾਪਸ ਆਏ, ਅਸੀਂ ਸੋਚਦੇ ਸੀ ਇਸ ਸਾਲ ਕੀ ਕਰੀਏ ਆਪਣੇ ਫਾਦਰ ਦੇ ਮੋਤਾ ਸਿੰਘ ਦੇ ਯਾਦ ਵਿੱਚ, ਤੇ ਅਸੀਂ ਸੋਚਿਆ ਸਾਡੀ ਸਕੀਮ ਆ ਗਈ, ਅਸੀਂ ਲਾਇਬ੍ਰੇਰੀ ਬਣਾਉਣੀ ਆ, ਪਰ ਲਾਇਬ੍ਰੇਰੀ ਵੱਡੀ ਬਣਾਉਣੀ ਆ, ਕਿ ਜਦੋਂ ਦਿਲ ਵੱਡਾ ਆ ਆਪਣੇ ਸਟੂਡੈਂਟ ਦਾ ਫਾਇਦਾ ਹੋਊਗਾ। ਸੋ ਇਸ ਸਾਲ ਇਹੀ ਖੁੱਲ੍ਹੀ ਆ, ਦੋ ਵੀਕਾਂ ਪਿੱਛੇ, ਇਹ ਮੋਤਾ ਸਿੰਘ ਦੀ ਯਾਦ ਵਿੱਚ ਜਿਹੜੀ ਲਾਇਬ੍ਰੇਰੀ ਆ, ਮੇਰਾ ਖਿਆਲ ਹੋਣੀ ਹੈ ਇਸ ਸਕੂਲ ਸਾਈਜ਼ ਦਾ ਵੱਡੀ ਹੋਣੀ ਆ ਆਪਣੇ ਡਿਸਟ੍ਰਿਕਟ ਦੇ ਵਿੱਚ, ਡੈਫੀਨੇਟਲੀ, ਹੋਰ ਪਤਾ ਨਹੀਂ ਕਿੱਥੇ। ਐਜੂਕੇਸ਼ਨ ਜਿਹੜਾ ਹੈਗਾ ਇੱਥੇ ਅਸੀਂ ਰਿਕਰੂਟ ਕਰਨੀ ਹੈ ਚੰਗੀਆਂ ਟੀਚਰ, ਅਸੀਂ ਫਾਈਨੈਂਸ਼ਲੀ ਸਟੇਬਲ ਹੋਣਾ, ਅਸੀਂ ਜਿਹੜਾ ਆਪਣਾ ਐਜੂਕੇਸ਼ਨ ਆਫਰਿੰਗ ਆ ਉਹ ਵਧੀਆ ਕਰਨਾ, ਅਤੇ ਹੋਰ ਜਿਹੜੇ ਸਾਲ ਆਉਣੇ ਅਸੀਂ ਬਾਹਰੋਂ ਵੀ ਆਪਣੇ ਕਨੈਕਸ਼ਨ ਹੈਗੇ ਜਿਹੜੇ ਐਜੂਕੇਸ਼ਨ ਵਿੱਚ ਉਹ ਇੱਥੇ ਆ ਕੇ ਆਪਣੇ ਟੀਚਰ ਨਾਲ ਥੋੜ੍ਹੇ ਜਿਹਾ ਇੱਥੇ ਚਿਰ ਰਹਿ ਕੇ, ਜਿੱਦਾਂ ਇੰਗਲਿਸ਼, ਮੈਥਸ, ਫਿਜ਼ਿਕਸ, ਸਟੈਮ ਸਬਜੈਕਟ ਹੁੰਦੇ ਆਪਾਂ ਕਹਿੰਦੇ ਹੁੰਦੇ ਹਾਂ, ਉਹਨਾਂ ਦੀ ਇੰਪਰੂਵਮੈਂਟ ਕਰੀਏ। ਪਰ ਹੋਰ ਵੀ ਹੁੰਦਾ ਜਿਹੜੇ ਬਾਹਰੋਂ ਆਉਂਦਾ ਇੱਥੇ, ਜਦੋਂ ਇੱਥੇ ਟੀਚਰ ਬਾਹਰੋਂ ਆਉਂਦਾ ਇੱਥੇ ਆ ਜਾਂਦਾ, ਜਿਹੜਾ ਟੀਚਰ ਆ ਉਹਨਾਂ ਦੀ ਐਕਸਚੇਂਜ ਹੁੰਦੀ ਆ, ਐਕਸਚੇਂਜ ਹੁੰਦੀ ਆ, ਇੱਦਾਂ ਨਾ ਕਹੋ ਇੱਕ ਪਾਸੇ ਜਾਂਦਾ, ਦੋਨੋਂ ਪਾਸੇ ਜਾਂਦਾ, ਦੋਨੇ ਪਾਸੇ ਸਿੱਖਣ ਨੂੰ ਮਿਲਦਾ। ਹਾਂ 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 ਹਾਂ, ਜਿੰਨਾ ਇਹੀ ਲਾਈਫ ਦਾ ਤੁਹਾਡਾ ਲੈਸਨ ਹੋ ਜਾਂਦਾ, ਮੇਰੀ ਚਿੱਟੀ ਥੋੜ੍ਹੀ ਦਾੜੀ, ਮੇਰੀ ਦਾੜੀ ਥੋੜ੍ਹੀ ਚਿੱਟੀ ਹੋਈ ਆ, ਮੈਂ ਇੰਨਾ ਲੈਣ ਕੀਤਾ, ਜਿੰਨਾ ਚਿਰ ਤੁਸੀਂ ਇਕੱਠੇ ਹੁੰਦੇ ਆ, ਤੁਸੀਂ ਗੱਲ ਕਰੋ ਤੇ ਆਪ ਦੋ ਵੇ ਤੁਸੀਂ ਸਿੱਖੋ, ਤੁਹਾਡੀ ਸਾਰੇ 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 ਪਰਿਵਾਰ ਦੀ ਇੰਪਰੂਵਮੈਂਟ ਹੋ ਜਾਂਦੀ ਹੈ ਨਾ। ਇਹ ਆ ਸਭ ਦਾ ਮਿਸ਼ਨ। ਇਹ ਸੀਗੇ ਸਾਡੇ ਨਾਲ
ਐਨਆਰਆਈ ਜਸਜੀਤ ਸਿੰਘ ਜਿਹੜੇ ਇੰਗਲੈਂਡ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਮਕਸਦ ਇਹੀ ਹੈ ਜਿਹੜਾ ਇਹਨਾਂ ਨੇ ਸਕੂਲ ਜਿਹੜਾ ਗਿੱਲੀ ਮੁੰਡੀ ਸਕੂਲ ਹੈ ਉਹ ਖੋਲਿਆ ਹੈ, ਉਹ ਸਿਰਫ ਬੱਚਿਆਂ ਵਾਸਤੇ ਉਹਨਾਂ ਦੇ ਭਵਿੱਖ ਨੂੰ ਬਣਾਉਣ ਵਾਸਤੇ ਇਹ ਸਕੂਲ ਹੈ ਉਹ ਖੋਲਿਆ ਹੈ, ਤਾਂ ਕਿ ਜਿਹੜੇ ਬੱਚੇ ਹੈ ਇੱਥੋਂ ਦੇ ਵਧੀਆ ਪੜ੍ਹ ਕੇ ਅਤੇ ਕਿਤੇ ਹੋਰ ਵੱਡੀ ਨੌਕਰੀ 'ਚ ਲੱਗਣ, ਤਾਂ ਉਹਨਾਂ ਦਾ ਮਕਸਦ ਇਹੀ ਹੈ। ਅਤੇ ਇਹ ਸਕੂਲ ਨੂੰ ਹੋਰ ਜ਼ਿਆਦਾ ਇੰਪਰੂਵ ਕਰਨ ਵਾਸਤੇ ਇਹਨਾਂ ਨੇ ਇਹ ਸਕੂਲ ਖੋਲਿਆ, ਨੋ ਪ੍ਰੋਫਿਟ ਨੋ ਲੋਸ ਇਹ ਸਕੂਲ ਇਹਨਾਂ ਦਾ ਚੱਲ ਰਿਹਾ, ਇਹਨਾਂ ਦੀ ਮਦਦ ਦੇ ਨਾਲ, ਐਨਆਰਆਈ ਦੀ ਮਦਦ ਦੇ ਨਾਲ ਇਹ ਸਕੂਲ ਚੱਲ ਰਿਹਾ। ਸਕੂਲ ਕੇ ਬਾਰੇ ਮੈਂ ਜੈਸੇ ਕਿ ਸਕੂਲ ਕੇ ਨਾਮ ਸੇ ਹੀ ਬੜੀ ਤਰ੍ਹਾਂ ਸੇ ਕਲੀਅਰ ਹੈ ਕਿ ਸਕੂਲ ਕਾ ਨਾਮ ਗਿੱਲੀ ਮੁੰਡੀ ਮੈਮੋਰੀਅਲ ਕਮਿਊਨਿਟੀ ਸਕੂਲ ਹੈ, ਜਿਸ ਕੋ ਹਮਾਰੇ ਫਾਊਂਡਰ ਚੇਅਰਮੈਨ ਸਰਦਾਰ ਮੋਤਾ ਸਿੰਘ ਜੀ ਨੇ ਆਪਣੇ ਬੇਟੇ ਕੀ ਯਾਦ ਮੈਂ ਮਨਾਇਆ ਹੈ। ਐਨਆਰਆਈ ਹੈ ਔਰ ਸਨ 2008 ਸੇ ਸਕੂਲ ਚੱਲ ਰਿਹਾ ਹੈ। ਸਕੂਲ ਕਾ ਲਕਸ਼ਯ ਬਿਲਕੁਲ ਕਲੀਅਰ ਥਾ ਡੇ ਵਨ ਸੇ ਕਿ ਇਸ ਜੋ ਇੱਕ ਪਿਛੜਾ ਹੋਇਆ ਇਲਾਕਾ ਹੈ ਵਹਾਂ ਪੇ ਸ਼ਿਕਸ਼ਾ ਕੇ ਖੇਤਰ ਮੈਂ ਅੱਛਾ ਕਰਨੇ ਕੇ ਲੀਏ ਔਰ ਬਹੁਤ ਹੀ ਕਮ ਰੇਟ ਪੇ ਯਾ ਫ੍ਰੀ ਮੈਂ ਜੋ ਰਹਿ ਜਾਤਾ ਹੈ ਸ਼ਿਕਸ਼ਾ ਦੇਨੇ ਕਾ ਇੱਕ ਉਪਾਏ ਇਹਨੇ ਕਰਾ ਥਾ ਜੋ ਕਿ ਆਜ ਦਿਨ ਤੱਕ ਹਮ ਲੋਕ ਕਰ ਰਹੇ ਹੈ। ਅਲਗ ਹਮ ਲੋਕ ਹਰ ਤਰ੍ਹਾਂ ਸੇ ਅਲੱਗ ਹੈ, ਹਮਾਰਾ ਪੂਰਾ ਸਕੂਲ ਜੋ ਰਹਿ ਜਾਤਾ ਸੋਲਰ ਪੈਨਲ ਪੇ ਚਲਤਾ ਹੈ ਔਰ ਹਮ ਲੋਕ ਜੋ ਰਹਿ ਜਾਤੇ ਹੈ ਸ਼ਿਕਸ਼ਾ ਕੇ ਖੇਤਰ ਮੈਂ ਸਭਸੇ ਕਮ ਫੀਸ ਮੈਂ ਔਰ ਸਭਸੇ ਅੱਛਾ ਰਿਜ਼ਲਟ ਦੇਤੇ ਹੈ। ਹਮਾਰੇ ਜੋ ਰਹਿ ਜਾਤੇ ਹੈ ਇਸ ਸਤਰ ਮੈਂ ਜੋ ਰਹਿ ਜਾਤਾ ਹੈ 12 ਬੱਚੇ ਜੋ ਰਹਿ ਜਾਤੇ ਉਹ ਸਟੇਟ ਲੈਵਲ ਤੱਕ ਸਪੋਰਟਸ ਮੈਂ ਪਾਰਟੀਸਪੇਟ ਕਰਾ ਹੈ। ਅਭੀ ਹਮ ਲੋਗੋਂ ਨੇ ਮੈਨੇਜਮੈਂਟ ਕੇ ਸਹਿਯੋਗ ਸੇ ਆਪ ਲੋਕ ਜੋ ਇਹ ਲਾਇਬ੍ਰੇਰੀ ਦੇਖ ਰਹੇ ਹੈ ਇੱਕ ਆਪਣੀ ਤਰ੍ਹਾਂ ਕਾ ਇੱਕ ਵਿਸ਼ੇਸ਼ ਇਨੀਸ਼ੀਏਟਿਵ ਹੈ, ਇਹ ਪੂਰੇ ਹਰਿਆਣਾ ਮੈਂ ਹਮਾਰੇ ਪਾਸ ਨਹੀਂ ਹੈ ਜੋ ਕਿ ਈ ਲਾਇਬ੍ਰੇਰੀ ਹੈ ਹਮਾਰੇ ਫਾਊਂਡਰ ਚੇਅਰਮੈਨ ਸਰਦਾਰ ਮੋਤਾ ਸਿੰਘ ਜੀ ਕੇ ਨਾਮ 'ਚ ਹੈ। ਯਹਾਂ ਪੇ ਜੋ ਬੱਚੇ ਜੋ ਰਹਿ ਜਾਤੇ ਹੈ ਲਗਭਗ ਕਰੋੜੋਂ ਮੈਂ ਜੋ ਈ ਬੁੱਕਸ ਹੈ ਉਨਕੋ ਐਕਸੈਸ ਕਰ ਸਕਤੇ ਹੈ। ਇਹ ਜੋ ਹਮਾਰੀ ਈ ਲਾਇਬ੍ਰੇਰੀ ਹੈ ਇਹ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਆਫ ਇੰਡੀਆ ਸੇ ਸਰਟੀਫਾਈਡ ਹੈ। ਮੈਮੋਰੀਅਲ ਕਮਿਊਨਿਟੀ ਸਕੂਲ ਲੈ ਰਹੀ ਹਾਂ, ਇਹ ਫਤਿਹਾਬਾਦ ਦੇ ਵਿੱਚ ਹੈਗਾ ਆ ਹਰਿਆਣੇ ਦੇ ਵਿੱਚ, ਇਹ ਸਰਦਾਰ ਮੋਤਾ ਸਿੰਘ ਜੀ ਦਾ ਸਕੂਲ ਹੈ, ਉਹਨਾਂ ਉਹ ਫਾਊਂਡਰ ਚੇਅਰਮੈਨ ਨੇਗੇ ਸਕੂਲ ਦੇ ਅਤੇ ਜਸਜੀਤ ਸਿੰਘ ਜੀ ਇਹ ਸਕੂਲ ਦੇ ਚੇਅਰਮੈਨ ਨੇਗੇ ਅਤੇ ਰਾਜਿੰਦਰ ਕੁਮਾਰ ਇਹ ਸਕੂਲ ਦੇ ਪ੍ਰਿੰਸੀਪਲ ਨੇਗੇ। ਇਹ ਬਹੁਤ ਵਧੀਆ ਸਕੂਲ ਹੈ, ਇੱਕ ਚੈਰੀਟੇਬਲ ਸਕੂਲ ਹੈ, ਇਹਦੇ ਵਿੱਚ ਕਿ ਬਹੁਤ ਸਾਰੇ ਬੱਚੇ ਬਹੁਤ ਘੱਟ ਫੀਸ 'ਤੇ ਵੀ ਪੜ੍ਹਦੇ ਨੇ, ਫ੍ਰੀ ਵੀ ਪੜ੍ਹਦੇ ਨੇਗੇ, ਬਹੁਤ ਵਧੀਆ ਸਕੂਲ ਹੈ ਇਹ ਅਤੇ ਇਹ ਜਿਹੜਾ ਹੈਗਾ ਵਿਲੇਜ ਏਰੀਆ ਦੇ ਵਿੱਚ ਹੈਗਾ ਆ, ਇਹ ਸਿੱਖਿਆ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦਾ ਆ ਜਿਹਦੇ ਵਿੱਚ ਕਿ ਵਿਲੇਜ ਏਰੀਆ ਦੇ ਬੱਚੇ ਬਹੁਤ ਆਉਂਦੇ ਨੇਗੇ ਅਤੇ ਬਹੁਤ ਵਧੀਆ ਸਕੂਲ ਆ। ਅਸੀਂ ਨਰਸਰੀ ਤੋਂ ਸਕੂਲ 'ਚ ਪੜ੍ਹਦੇ ਹਾਂ, ਸਾਨੂੰ ਬਹੁਤ ਵਧੀਆ ਲੱਗਦਾ ਆ ਅਤੇ ਇਸ ਸਕੂਲ ਦੇ ਵਿੱਚ ਹਰ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ, ਸਟੱਡੀ ਸਪੋਰਟਸ ਅਦਰ ਐਕਟੀਵਿਟੀਜ਼ ਸਾਰੀਆਂ ਚੀਜ਼ਾਂ ਨੂੰ ਸਪੋਰਟ ਕੀਤਾ ਜਾਂਦਾ ਹੈ।